ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਸ਼ਾ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਦੋਸਤੋ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ حاضر ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ ਲੰਘੇ ਕੱਲ ਵੀ ਪੰਜਾਬ ਦੇ ਵਿੱਚ ਬੇਹੱਦ ਠੰਡ ਸੀ ਰਾਤ ਦੇ ਵੇਲੇ ਪਾਰਾ ਕਈ ਸ਼ਹਿਰਾਂ ਦੇ ਵਿੱਚ 2.5 ਡਿਗਰੀ ਤੱਕ ਪਹੁੰਚ ਗਿਆ ਤੇ ਦਿਨ ਦੇ ਵੇਲੇ ਪਾਰਾ ਜਿਹੜਾ ਉਹ ਕਈ ਥਾਵਾਂ ਤੇ 9 ਤੇ ਕਈ ਥਾਵਾਂ ਦੇ ਉੱਤੇ 11 ਜਾਂ 12 ਡਿਗਰੀ ਤੱਕ ਪਹੁੰਚ ਜਾਂਦਾ ਸੋ ਉਸ ਤੋਂ ਅਗਲੀ ਗੱਲ ਇਹ ਹੈ ਜੀ ਕਿ ਕੋਰੇ ਦੇ ਕਰਕੇ ਧੁੰਦ ਦੇ ਕਰਕੇ ਜਨ ਜੀਵਨ ਬੇਹੱਦ ਪ੍ਰਭਾਵਿਤ ਤੇ ਇਸ ਪ੍ਰਭਾਵ ਦੇ ਅਧੀਨ ਵੀ ਜੇਕਰ ਕਿਸਾਨ ਲਗਾਤਾਰ ਟਰਾਲੀਆਂ ਭਰ ਭਰ ਕੇ ਜਾ ਰਹੇ ਦਿੱਲੀ ਦੇ ਵੱਲ ਤਾਂ ਜਿਵੇਂ ਮੈਂ ਹਰ ਰੋਜ਼ ਕਹਿੰਦਾ ਓਵੇਂ ਅੱਜ ਵੀ ਕਹਿੰਦੂ ਚਿਤ ਕਰਦਾ ਵੀ ਧੰਨ ਆ ਉਹ ਯੋਧੇ ਧੰਨ ਉਹਨਾਂ ਦੇ ਜੇਰੇ ਤੇ ਲੱਖ ਵਾਰ ਉਹਨਾਂ ਨੂੰ ਸਲਾਮ ਹੈ ਕਿਉਂਕਿ ਉਹ ਪਿੱਛੇ ਨਹੀਂ ਮੁੜ ਰਹੇ ਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਓਨੀ ਦੇਰ ਤੱਕ ਪਿੱਛੇ ਮੁੜਨਾ ਵੀ ਨਹੀਂ ਜਿੰਨੀ ਦੇਰ ਤੱਕ ਜਿੱਤ ਸਾਡੀ ਝੋਲੀ ਦੇ ਵਿੱਚ ਨਹੀਂ ਪੈਂਦੀ ਤੇ ਆਪਾਂ ਇਹ ਜਿੱਤ ਝੋਲੀ ਦੇ ਵਿੱਚ ਪਾ ਕੇ ਹੀ ਮੁੜੀਏ ਇਹ ਸਾਡੀ ਵੀ ਦਿਲੀ ਤੌਰ ਦੇ ਉੱਤੇ ਇੱਛਾ ਨਵੇਂ ਸਾਲ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਪਰ ਅਸਲ ਮੁਬਾਰਕਾਂ ਉਸ ਦਿਨ ਹੋਣਗੀਆਂ ਜਿਸ ਦਿਨ ਸਾਡੇ ਕਿਸਾਨ ਪੈਣਾ ਵੀਰਾਂ ਨੂੰ ਜਿੱਤ ਨਸੀਬ ਹੋਊਗੀ ਜਿਸ ਦਿਨ ਕੇਂਦਰ ਦੀ ਸਰਕਾਰ ਲਿਫਜੂਗੀ ਉਹ ਝੁਕ ਜੂਗੀ ਅਸਲ ਤਾਂ ਨਵਾਂ ਸਾਲ ਉਸ ਦਿਨ ਹੀ ਮੰਨਾਂਗੇ ਪਰ ਕਿਉਂਕਿ ਕੈਲੰਡਰ ਬਦਲ ਗਿਆ ਕਿਉਂਕਿ ਵਰਾ ਬਦਲ ਗਿਆ 220 ਦੇ ਵਿੱਚੋਂ ਅਸੀਂ 21 ਦੇ ਵਿੱਚ ਪੈਰ ਧਰ ਲਿਆ ਅੱਜ ਪਹਿਲਾ ਦਿਨ ਸੋ ਮੁਬਾਰਕਾਂ ਅੱਜ ਵੀ ਪਰ ਉਸ ਦਿਨ ਨਿਠ ਕੇ ਦੇਵਾਂਗੇ ਉਸ ਦਿਨ ਹੋਰ ਚੰਗਾ ਲੱਗੂਗਾ ਆਪਣੇ ਆਪ ਨੂੰ ਜਿਸ ਦਿਨ ਅਸੀਂ ਜਿੱਤ ਦੇ ਵੱਲ ਵਧ ਗਏ ਤੇ ਜਿੱਤ ਸਾਡੇ ਕਦਮਾਂ ਦੇ ਵਿੱਚ ਆ ਗਈ ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈ ਤਾਂ ਕਿਸਾਨ ਅੰਦੋਲਨ ਦੇ ਨਾਲ ਹੀ ਜੁੜੀ ਹੋਈ ਪਰ ਵਿੱਚੋਂ ਮੀਟਿੰਗਾਂ ਦੀਆਂ ਕਈ ਇਹੋ ਜਿਹੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਜਿਨ੍ਹਾਂ ਦੇ ਬਾਬਤ ਪਤਾ ਨਹੀਂ ਸੀ ਕਿਉਂਕਿ ਕਿਸਾਨ ਆਗੂ ਜਿਹੜੇ ਜਦੋਂ ਮੀਟਿੰਗ ਦੇ ਵਿੱਚੋਂ ਬਾਹਰ ਆਉਂਦੇ ਆ ਪ੍ਰੈਸ ਦੇ ਨਾਲ ਸੰਖੇਪ ਦੇ ਵਿੱਚ ਗੱਲਾਂ ਹੁੰਦੀਆਂ ਪਰ ਉਸ ਤੋਂ ਬਾਅਦ ਜਦੋਂ ਉਹ ਅਗਲੇ ਦਿਨ ਜਾਂ ਉਸ ਤੋਂ ਅਗਲੇ ਦਿਨ ਪ੍ਰੈਸ ਵਾਰਤਾ ਦੇ ਵਿੱਚ ਬਹਿੰਦੇ ਆ ਜਾਂ ਜਦੋਂ ਕਿਤੇ ਪਾਸ਼ੜ ਦਿੰਦੇ ਆ ਜਾਂ ਕਿਸੇ ਚੈਨਲ ਦੇ ਨਾਲ ਇੰਟਰਵਿਊ ਕਰਦੇ ਆ ਤਾਂ ਵਿੱਚੋਂ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਉਹਨਾਂ ਗੱਲਾਂ ਦਾ ਵੀ ਵੇਰਵਾ ਸਾਂਝਾ ਕਰਨਾ ਪਰ ਹੁਣ ਤੱਕ ਗੋਦੀ মিডিਏ ਦੇ ਕਈ ਅੰਗੇ ਗੱਲ ਕਹਿੰਦੇ ਸੀ ਕਿ ਇਹ ਜੋ ਲੰਗਰ ਹੈ ਇਹ ਤਾਂ ਖਾਲਸਤਾਨੀਆਂ ਕੋਲ ਲਗਾਏ ਹੋਏ ਆ ਇਹ ਜੋ ਲੰਗਰ ਹੈ ਇਹ ਤਾਂ ਪਾਕਿਸਤਾਨੀਆਂ ਕੋਲ ਲਗਾਏ ਹੋਏ ਹਨ ਇਹ ਤਾਂ ਵਿਦੇਸ਼ੋਂ ਦੀ ਫੰਡਿੰਗ ਸੇ ਲਗਾਏ ਹੋਏ ਹਨ ਪਰ ਜਦੋਂ ਕੇਂਦਰ ਦੇ ਮੰਤਰੀਆਂ ਦੇ ਵੱਲੋਂ ਖੁਦ ਇੱਛਾ ਪ੍ਰਗਟਾਈ ਗਈ ਲੱਗੇ ਦਿਨੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਲੰਗਰ ਛਕਣ ਦੀ ਤਾਂ ਵਧੀਆ ਗੱਲ ਆ ਲੰਗਰ ਛਕਣਾ ਵੀ ਚਾਹੀਦਾ ਪਰ ਹੁਣ ਕੋਈ ਗੋਦੀ মিডিਏ ਦਾ ਅੰਗੇ ਗੱਲ ਨਹੀਂ ਕਹਿੰਦਾ ਕਿ ਕੇਂਦਰ ਕੇ ਦੋ ਮੰਤਰੀ ਖਾਲਸਤਾਨੀਆਂ ਕੋ ਸਾਥ ਮਿਲ ਗਏ ਹੁਣ ਕੋਈ ਨਹੀਂ ਇਹ ਗੱਲ ਕਹਿ ਰਿਹਾ ਕਿ ਕੇਂਦਰ ਦਾ ਸਬੰਧ ਹੈ ਜੋ ਉਹ ਖਾਲਿਸਤਾਨ ਸੇ ਜੁੜ ਗਿਆ ਔਰ ਜੋ ਵਿਦੇਸ਼ੀ ਫੰਡ ਨੇ ਕਿਸੇ ਲੰਗਰ ਚਲਤੇ ਆਂ ਉਹਨਾਂ ਕੇ ਸਾਥ ਕੇਂਦਰ ਕੇ ਵੀ ਤਾਰ ਵੀ ਜੁੜ ਗਏ ਆਂ ਹੁਣ ਕੋਈ ਵੀ ਗੱਲ ਇਹੋ ਜੀ ਦੀ ਕਹੀ ਜਾ ਰਹੀ ਮਤਲਬ ਇਹ ਆ ਵੀ ਗੋਦੀ ਮੀਡੀਆ ਵੀ ਗੁੱਛੀ ਜੀ ਮਾਰ ਕੇ ਬਹਿ ਗਿਆ ਪਹਿਲਾਂ ਜਿਹਨਾਂ ਦੀ ਬਦਨਾਮੀ ਕੀਤੀ ਸੀ ਅੱਜ ਉਹਨਾਂ ਦੀ ਸਿਫਤ ਕਰਨੀ ਔਖੀ ਲੱਗਦੀ ਔਨਾਂ ਨੂੰ ਪਰ ਲੰਗਰ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਆ ਤੇ ਲੰਗਰ ਲਾਉਣ ਵਾਲੇ ਲੋਕਾਂ ਨੂੰ ਵੀ ਸਲਾਮ ਕਰਨੀ ਬਣਦੀ ਆ ਭਾਵੇਂ ਉਹ ਕਿਤਾਬਾਂ ਦੇ ਲੰਗਰ ਆ ਪਾਵੇਂ ਉਹ ਪ੍ਰਸ਼ਾਦੇ ਦਾ ਲੰਗਰ ਹੈ ਪਾਵੇਂ ਉਹ ਪੀਜੇ ਦਾ ਤੇ ਪਾਵੇਂ ਪਾਸਤੇ ਦਾ ਤੇ ਪਾਵੇਂ ਦਵਾਈਆਂ ਦਾ ਲੰਗਰ ਹੈ ਬਹੁਤ ਵੱਡੇ ਜੇਰੇ ਵਾਲੇ ਇਹ ਕੰਮ ਹੈਗੇ ਆ ਉਸ ਤੋਂ ਅਗਲੀ ਗੱਲ ਇਹ ਹੈ ਵੀ ਹੁਣ ਜਦੋਂ ਵਕਫ ਵਕਫ ਹੋਰ ਸੂਬਿਆਂ ਤੋਂ ਵੀ ਕਿਸਾਨ ਦਿੱਲੀ ਦੇ ਬਾਡਰਾਂ ਦੇ ਉੱਤੇ ਆਉਣ ਲੱਗ ਪਏ ਆ ਤਾਂ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਗਿਆ ਹਰਿਆਣਾ ਦੀ ਪੁਲਿਸ ਨੇ ਉਵੇਂ ਹੀ ਅਤਿਆਚਾਰ ਕੀਤਾ ਜਿਵੇਂ ਸ਼ੰਭੂ ਬੈਰੀਅਰ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਕੀਤਾ ਗਿਆ ਸੀਗਾ ਜਦੋਂ ਹੁਣ ਰਾਜਸਥਾਨ ਦੇ ਵਿੱਚੋਂ ਕਿਸਾਨ ਆਏ ਤਾਂ ਲਾਠੀ ਚਾਰਜ ਕਰ ਲ ਕੀਤਾ ਗਿਆ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਪਰ ਜਿਸ ਤਰੀਕੇ ਨਾਲ ਪੰਜਾਬ ਤੇ ਹਰਿਆਣਾ ਦੇ ਕਿਸਾਨ ਆ ਜਿਹੜੇ ਉਹ ਟਰੈਕਟਰਾਂ ਦੇ ਨਾਲ ਬੈਰੀਕੇਡ ਪਰੇ ਕਰਕੇ ਤੇ ਅੱਗੇ ਨਿਕਲੇ ਉਹ ਵੀ ਯੋਧੇ ਉਸੇ ਤਰੀਕੇ ਦੇ ਨਾਲ ਬੈਰੀਕੇਡ ਭੰਦੇ ਭੰਦੇ ਅੱਗੇ ਨਿਕਲ ਗਏ ਆ ਪੁਲਿਸ ਨੇ ਅਤਿਆਚਾਰ ਬਹੁਤ ਕੀਤਾ ਇਹ ਅਤਿਆਚਾਰ ਹੋਣਾ ਨਹੀਂ ਸੀ ਚਾਹੀਦਾ ਪਰ ਉਹਨਾਂ ਨੇ ਅਤਿਆਚਾਰ ਨੂੰ ਪਛਾਣ ਛੱਡ ਕੇ ਦਰਜਨਾਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਜਿਹੜੇ ਉਹ ਰਾਜਸਥਾਨ ਦੇ ਜ਼ਖਮੀ ਹੋਣ ਦੀਆਂ ਖਬਰਾਂ ਮਿਲੀਆਂ ਤੇ ਇਹ ਵੀ ਪਤਾ ਲੱਗਾ ਜੀ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਇਹ ਸਾਰਾ ਕੁਝ ਬਰਦਾਸ਼ਤ ਨਹੀਂ ਕਰਾਂਗੇ ਅੱਗ ਦੇ ਨਾਲ ਖੇਡਣਾ ਬੰਦ ਕਰੇ ਸਰਕਾਰ ਤੇ ਪੁਲਿਸ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਵਾਸਤੇ ਆਏ ਆ ਨਾ ਕਿ ਉਹ ਇੱਥੇ ਮौज-ਮਸਤੀ ਵਾਸਤੇ ਆਏ ਆ ਕਿਸੇ ਨੂੰ ਜ਼ਿਆਰਤੀ ਦੇ ਨਾਲ ਉਹ ਪਰੇਸ਼ਾਨ ਕਰਨ ਨਹੀਂ ਆਏ ਕਿਉਂਕਿ ਜ਼ਿਆਰਤੀ ਇਹਨਾਂ ਦੇ ਨਾਲ ਹੋਈ ਹੈ ਕਿਸਾਨਾਂ ਦੇ ਨਾਲ ਹੋਈ ਹੈ ਇਸ ਕਰਕੇ ਆਉਣਾ ਉਹਨਾਂ ਦਾ ਇੱਥੇ ਹੱਕ ਬਣਦਾ ਹੈ ਪਹਿਲਾਂ ਅਸੀਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵਿਰਵਾਹ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਰਾਜਸਥਾਨ ਦੇ ਵਿੱਚ ਅਲਵਰ ਦੇ ਸ਼ਾਜਹਾਂਪੁਰ ਖੇੜਾ ਬਾਰਡਰ ਦੇ ਉੱਤੇ ਲੰਗੇ ਕੱਲ ਦੁਪਹਿਰ ਵੇਲੇ ਟਰੈਕਟਰਾਂ ਦੇ ਉੱਤੇ ਸਵਾਰ ਕਿਸਾਨ ਪੁਲਿਸ ਬੈਰੀਕੇਡ ਤੋੜ ਕੇ ਹਰਿਆਣਾ ਵਿੱਚ ਕੁਸ ਗਏ ਹਰਿਆਣਾ ਪੁਲਿਸ ਜਨੋਂ ਤੱਕ ਸਾਨੂੰ ਰੋਕਦੀ ਉਦੋਂ ਤੱਕ 10 ਤੋਂ 15 ਟਰੈਕਟਰ ਬਾਰਡਰ ਤੋਂ ਅੱਗੇ ਨਿਕਲ ਗਏ ਇਸ ਤੋਂ ਬਾਅਦ ਪੁਲਿਸ ਨੇ ਲਾਠੀ ਚਾਰਜ ਕੀਤਾ ਅਥਰੂ ਗੈਸ ਦੇ ਗੋਲੇ ਵੀ ਛੱਡੇ ਜਿਨ੍ਹਾਂ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ ਘਟਨਾ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਆਪਣੇ ਸਾਥੀਆਂ ਨੂੰ ਸ਼ਾਂਤ ਕਰਵਾਇਆ ਉਹਨਾਂ ਕਹਿ ਕੇ ਕਿਸਾਨ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਹੀ ਅਧੋਰਣ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ ਉਧਰ ਹਰਿਆਣਾ ਸਰਹੱਦ ਦੇ ਵਿੱਚ ਕੁਸੇ 10 ਤੋਂ 15 ਟਰੈਕਟਰ ਚਾਲਕਾਂ ਨੂੰ ਹਰਿਆਣਾ ਪੁਲਿਸ ਨੇ ਬਾਬਲ ਦੇ ਵਿੱਚ ਰੋਕ ਲਿਆ ਕੁਝ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈਣ ਦੀਆਂ ਖਬਰਾਂ ਮਿਲੀਆਂ ਨੇ ਵੀਰਵਾਰ ਦੁਪਹਿਰੇ ਤਕਰੀਬਨ 1:30 ਵਜੇ 10 ਤੋਂ 15 ਟਰੈਕਟਰ ਲੈ ਕੇ ਹਰਿਆਣਾ ਪੁਲਿਸ ਦੇ ਬੈਰੀਕੇਡ ਤੋੜਦੇ ਹੋਏ ਕਿਸਾਨ ਅੱਗੇ ਗਏ ਸਨ ਕੁਝ ਟਰੈਕ ਸਰਵਿਸ ਲੈਣ ਵੱਲੋਂ ਅੱਗੇ ਵਧ ਗਏ ਕਿਸਾਨ ਟਰੈਕਟਰ ਲੈ ਕੇ ਅੱਗੇ ਵਧੇ ਤਾਂ ਪੁਲਿਸ ਨੇ ਤਾਕਤ ਦੀ ਵਰਤੋਂ ਕਰਕੇ ਕਿਸਾਨਾਂ ਨੂੰ ਖਿਦੇੜਿਆ ਕਈ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ ਨੇ ਇਸ ਘਟਨਾ ਕਰਮ ਦੇ ਵਿੱਚ ਉੱਥੇ ਹਲਚਲ ਮਚ ਗਈ ਪਿੱਛੇ ਖੜੇ तकरीबन 2 ਕਿਲੋਮੀਟਰ ਦੂਰ ਤੱਕ ਦੇ ਕਿਸਾਨ ਬਾਰਡਰ ਦੇ ਉੱਤੇ ਆ ਗਏ ਕਿਸਾਨ ਨੇਤਾ ਰਾਮਪਾਲ ਜਾਟ ਸਮੇਤ ਹੋਰਨਾਂ ਲੋਕਾਂ ਨੇ ਉਹਨਾਂ ਨੂੰ ਸੰਭਾਲਿਆ ਇਹ ਵੀ ਕਿਹਾ ਗਿਆ ਕਿ ਕੋਈ ਜ਼ਬਰਦਸਤੀ ਕਰਨ ਦੇ ਹੋਏ ਅੱਗੇ ਨਹੀਂ ਜਾਵੇਗਾ ਇਸ ਤੋਂ ਬਾਅਦ ਕਿਸਾਨ ਉੱਥੇ ਹੀ ਬੈਠ ਗਏ ਸ਼ਾਹਜਹਾਂਪੁਰ ਖੇੜਾ ਬਾਰਡਰ ਦੇ ਉੱਤੇ 12 ਦਸੰਬਰ ਤੋਂ ਕਿਸਾਨ ਅੰਦੋਲਨ ਕਰ ਰਹੇ ਨੇ ਹਾਈਵੇ ਦੇ ਉੱਤੇ 2 ਕਿਲੋਮੀਟਰ ਤੱਕ ਕਿਸਾਨ ਤੰਬੂ ਲਾ ਕੇ ਉੱਥੇ ਬੈਠੇ ਨੇ ਕਿਸਾਨ ਦਿੱਲੀ ਕੂਚ ਕਰਨਾ ਚਾਹੁੰਦੇ ਨੇ ਪਰ ਹਰਿਆਣਾ ਪੁਲਿਸ ਉਹਨਾਂ ਨੂੰ ਅੱਗੇ ਨਹੀਂ ਜਾਣ ਦੇ ਰਹੀ Rajasthan ਤੇ Haryana ਤੋਂ ਇਲਾਵਾ Gujarat ਤੇ Maharashtra ਦੇ ਵੀ ਕਾਫੀ ਕਿਸਾਨ ਉੱਥੇ ਪਹੁੰਚੇ ਨੇ ਇੱਥੇ ਵੀ ਦਸਲਾ ਬਣਦਾ ਹੈ ਕਿ ਨਾਗੌਰ ਦੇ ਸੰਸਦ ਮੈਂਬਰ ਹਨੂਮਾਨ ਬੇਨੀਵਾਲ ਦੇ ਬਾਰਡਰ ਦੇ ਉੱਤੇ ਪਹੁੰਚਣ ਤੋਂ ਇੱਕ ਨਾ ਪਹਿਲਾਂ 25 ਦਸੰਬਰ ਨੂੰ ਹਰਿਆਣਾ ਪੁਲਿਸ ਨੇ Jaipur Delhi highway ਦੀ ਦੂਜੀ ਲੇਨ ਵੀ ਬੰਦ ਕਰ ਦਿੱਤੀ ਸੀ ਪੁਲਿਸ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਸੰਸਦ ਮੈਂਬਰ ਦੇ ਆਉਣ ਤੋਂ ਬਾਅਦ ਕਿਸਾਨ ਦਿੱਲੀ ਵੱਲ ਕੂਚ ਕਰ ਸਕਦੇ ਨੇ ਪਰ ਹੁਣ ਲਗਾਤਾਰ ਕਿਸਾਨਾਂ ਉੱਤੇ ਅਤਿਆਚਾਰ ਹੋਣ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਨ ਲਈ ਦੋਸਤੋ ਪਹਿਲੀ ਗੱਲ ਤਾਂ ਸੀ ਕਹਾਂਗੇ ਬੀਜੇਪੀ ਦੇ ਨਾਲ ਅਲੋਕਾਰੀਆਂ ਗੱਲਾਂ ਹੋ ਰਹੀਆਂ ਉਹ ਬੇਸ਼ੱਕ ਕਿਸਾਨ ਅੰਦolan ਨੂੰ ਦਬਾਉਣਾ ਚਾਹੁੰਦੀ ਹੈ ਪਰ ਲਗਾਤਾਰ ਕਿਸਾਨ ਅੰਦੋਲਨ ਜਿਵੇਂ ਸਪ੍ਰਿੰਗ ਨੂੰ ਜਿੰਨਾ ਦਬਕੇ ਰੱਖੀਏ ਉਹਨੀ ਤੜਦੇ ਨਾਲ ਉੱਠਦਾ ਹੈ ਕਿਸਾਨ ਅੰਦੋਲਨ ਉਹਨਾ ਹੀ ਵੱਡਾ ਹੁੰਦਾ ਜਾ ਰਿਹਾ ਜਿਹਦੇ ਕਰਕੇ ਉਹਨਾਂ ਦਾ ਚੇਤਤਾ ਕਰਨਾ ਛੁਕ ਗਿਆ ਪਰ ਮਨ ਇਹ ਵੀ ਗੱਲ ਕਹਿੰਦਾ ਜੀ ਕਿ ਫਿਰ ਆਪਣੀ ਅਣਖ ਦੀ ਗੱਲ ਹੈ ਮੈਂ ਲੰਘੇ ਕੱਲ ਬਲਬੀਰ ਸਿੰਘ ਰਾਜੇਵਾਲ ਜਿਹੜੇ ਕਿ ਬੜੇ ਸੂਝਵਾਨ ਕਿਸਾਨ ਆਗੂ ਆ ਉਹਨਾਂ ਦਾ ਇੱਕ ਬਿਆਨ ਸੁਣਿਆ ਤੇ ਇੱਕ ਮੈਂ ਇੰਟਰਵਿਊ ਦੇਖੀ ਜੁਗਿੰਦਰ ਸਿੰਘ ਉਗਰਾਹਾ ਹੋਰਾਂ ਦੀ ਉਹਨਾਂ ਦੇ ਉੱਤੇ ਵੀ ਸਾਨੂੰ ਮਾਣ ਆ ਸਾਰੇ ਹੀ ਕਿਸਾਨ ਆਗੂ ਆ ਜਿਹੜੇ ਉਹ ਇਸ ਵਕਤ ਬੜੀ ਸੋਹਰਦਤਾ ਦੇ ਨਾਲ ਬੜੀ ਸਿਆਣਪ ਦੇ ਨਾਲ ਬੜੀ ਦੂਰ ਦ੍ਰਿਸ਼ਟੀ ਦੇ ਨਾਲ ਬੜੇ ਨਾਪ ਤੋਲ ਕੇ ਗੱਲਬਾਤ ਕਰ ਰਹੇ ਮੈਨੂੰ ਨਿੱਜੀ ਤੌਰ ਦੇ ਉੱਤੇ ਚੰਗਾ ਲੱਗਦਾ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਵੀ ਕੇਂਦਰ ਦੇ ਮੰਤਰੀਆਂ ਨਾਲ ਅਸੀਂ ਜਦੋਂ ਵੀ ਮੀਟਿੰਗ ਵਾਸਤੇ ਜਾਂਦੇ ਆ ਉਹ ਇਹ ਗੱਲ ਕਹਿੰਦੇ ਆ ਵੀ ਦੇਖੋ ਤੁਸੀਂ ਵੀ ਆਪਣੀ ਜਿਹੜੀ ਆ ਉਹ ਅਦੋਲੜ ਦੀ ਜਦ ਪੁਗਾ ਲਓ ਤੇ ਸਾਡੀ ਵੀ ਇੱਜ਼ਤ ਰਹਿ ਜੇ ਕੋਈ ਵਿਚਕਾਰਲਾ ਰਾਹ ਕੱਢ ਲਓ ਕੋਈ ਆਲਟਰਨੇਟਿਵ ਦੱਸੋ ਵੇ ਦਾ ਤੁਹਾਡੀ ਵੀ ਪੁੱਗ ਜੇ ਸਾਡੀ ਵੀ ਰਹਿ ਜੇ ਉਹ ਕਹਿੰਦੇ ਵੀ ਹੁਣ ਅਸੀਂ ਉਹਨਾਂ ਨੂੰ ਕੀ ਉਤਰਨੇਗੇ ਵੀ ਤੁਹਾਡੀ ਪਗੌਣ ਦੇ ਚੱਕਰ ਦੇ ਵਿੱਚ ਅਸੀਂ ਲੱਖਾਂ ਜਿਹੜੇ ਲੋਕ ਬੈਠੇ ਆ ਬਾਰਡਰ ਦੇ ਉੱਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਅਸੀਂ ਸ਼ਿੱਕੇ ਥੋੜੀ ਟੰਗ ਸਕਦੇ ਆ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਵੀ ਇਸ ਵਕਤ ਕੇਂਦਰ ਦੀ ਸਰਕਾਰ ਦੀ ਬਸ ਹੋਈ ਪਈ ਆ ਜੇਕਰ ਬਸ ਨਾ ਹੋਈ ਹੋਵੇ ਤਾਂ ਚਾਰਾਂ ਦੇ ਵਿੱਚੋਂ ਦੋ ਕਾਨੂੰਨ ਜਿਹੜੇ ਆ ਉਹ ਮਟਾਉਣ ਦੇ ਬਾਰੇ ਗੱਲ ਨਾ ਕਰਦੀ ਹਾਲਾਂਕਿ ਉਹਨਾਂ ਨੇ ਕਿਹਾ ਜੀ ਕਿ ਅਸੀਂ 4 ਤਰੀਕ ਦੀ ਮੀਟਿੰਗ ਦੇ ਵਿੱਚ ਇਹਨਾਂ ਦੋ ਕਾਨੂੰਨਾਂ ਦੇ ਕਰਕੇ ਜਿਨ੍ਹਾਂ ਦੇ ਕਰਕੇ ਅਸੀਂ ਘਰਾਣੇ ਵਿੱਚੋਂ ਟਰਾਲੀਆਂ ਟਰੈਕਟਰ ਲੈ ਕੇ ਨਿਕਲੇ ਆ ਕਿ ਇਹ ਖੇਤੀ ਕਾਨੂੰਨ ਤਿੰਨੇ ਰੱਦ ਕਰੋ ਤੇ ਐਮਐਸਪੀ ਨੂੰ ਲਿਖਤੀ ਤੌਰ ਤੇ ਉੱਤੇ ਦਿਓ ਗਰੰਟੀ ਬਣਾ ਕੇ ਦਿਓ ਕਾਨੂੰਨ ਬਣਾ ਕੇ ਦਿਓ ਇਹਦੇ ਉੱਤੇ ਅਸੀਂ ਵਾਰ-ਵਾਰ ਆਪਣਾ ਫੋਕਸ ਕਰਾਂਗੇ ਇਹਦੇ ਉੱਤੇ ਅਸੀਂ ਕੇਂਦਰ ਦੀ ਸਰਕਾਰ ਤੇ ਦਬਾਅ ਬਣਾਉਣਾ ਪਰ ਉਹਨਾਂ ਨੇ ਇਹ ਗੱਲ ਕਹੀ ਆ ਵੀ ਕੇਂਦਰ ਦੀ ਸਰਕਾਰ ਦੀ ਬਸ ਹੋਈ ਪਈ ਅਸਲ ਦੇ ਵਿੱਚ ਉਹ ਸਾਡੇ ਮੂਰੇ ਗਿਆਨ ਦੇ ਤਰਲਾ ਜੀ ਵੀ ਮਰਦੇ ਆ ਉਹ ਕਹਿੰਦੇ ਵੀ ਕੁਝ ਐਸਾ ਕੀ ਜੀਏ ہماری ਵੀ ਰਹਿ ਜਾਏ ਆਪਕੀ ਵੀ ਰਹਿ ਜਾਏ ਆਪਕਾ ਅੰਦੋਲਨ ਠੀਕ ਹੋ ਜਾਏ ہماری ਇੱਜ਼ਤ ਬਚ ਜਾਏ ਕੁਝ ਐਸਾ ਕੀ ਜੀਏ ਕੁਝ ਐਸਾ ਕੀ ਜੀਏ ਤੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹਕੂਮਤ ਦੀ ਇਹ ਜਿਹੜੀ ਚੀਕ ਆ ਇਹ ਇਸ ਕਰਕੇ ਨਿਕਲੀ ਆ ਕਿਉਂਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਉਹਨਾਂ ਨੇ ਇੱਕ ਹੋਰ ਬੜੀ ਮਹੱਤਵਪੂਰਨ ਗੱਲ ਕਹੀ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਘੋਲ ਲੜੇ ਆ। ਵਕ ਵਕ ਥਾਵਾਂ ਦੇ ਉੱਤੇ ਘੋਲਾਂ ਦੇ ਵਿੱਚ ਹਿੱਸਾ ਲਿਆ ਪਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਵੀ ਆਪ ਮੁਹਾਰੇ ਇੰਨਾ ਸ਼ਾਂਤੀਪੂਰਵਕ ਤਰੀਕੇ ਨਾਲ ਅਨੁਲਣ ਚੱਲਦਾ ਹੋਵੇ। ਉਹਨਾਂ ਨੇ ਕਿਹਾ ਵੀ ਦੁਨੀਆ ਹਲਾ ਦਿੱਤੀ ਆ ਇਸ ਅਨੁਲਣ ਨੇ। ਇਹ ਕਿਸਾਣਾ ਦੇ ਕਰਕੇ ਹੋਇਆ। ਇਹ ਮਿਹਨਤਾਂ ਦੇ ਕਰਕੇ ਹੋਇਆ। ਇਹ ਕਿਰਤੀਆਂ ਦੇ ਕਰਕੇ ਹੋਇਆ ਤੇ ਆਪਾਂ ਹੁੱਲੜਬਾਜ਼ੀ ਨਹੀਂ ਕਰਨੀ ਜਿਹੜੇ ਲੋਕਾਂ ਦੇ ਕੋਲੇ ਪੈਸੇ ਆ ਉਹ ਤਾਂ ਰਾਤ ਦੇ ਵੇਲੇ ਨਵਾਂ ਸਾਲ ਚੜਨ ਮੌਕੇ ਡਾਂਸ ਵੀ ਕਰਨਗੇ ਤੇ ਉਹ ਪੈਸੇ ਵਾਰਨਗੇ ਵੀ ਤੇ ਉਹ ਧਾਰੂਆਂ ਵੀ ਪੀਣਗੇ ਪਰ ਆਪਾਂ ਇਹ ਸਾਰਾ ਕੁਝ ਨਹੀਂ ਕਰਨਾ ਕਿਉਂਕਿ ਸਾਡੇ ਵੱਲ ਹਰ ਕਿਸੇ ਦੀ ਨਿਗਾ ਟਕੀ ਹੋਈ ਆ ਉਹਨਾਂ ਨੇ ਕਿਹਾ ਵੀ ਕੇਂਦਰ ਦੀ ਸਰਕਾਰ ਦੀ ਕੋਸ਼ਿਸ਼ ਹਾਲੇ ਵੀ ਇਹ ਆ ਕਿ ਅਸੀਂ ਇਸ ਅਨੁਰੋਧ ਨੂੰ ਪਾੜ ਦਈਏ ਪਰ ਆਪਾਂ ਪਾਟੋ ਧਾੜ ਦੇ ਸ਼ਿਕਾਰ ਨਹੀਂ ਹੋਣਾ ਅਸੀਂ ਵੱਖੋ-ਵੱਖਰੇ ਵਿਚਾਰਾਂ ਦੇ ਕਿਤੇ ਮਾਲਕ ਹੋ ਸਕਦੇ ਆ ਪਰ ਹੁਣ ਸਾਡਾ ਏਜੰਡਾ ਇੱਕੋ ਹੀ ਆ ਤੇ ਉਹ ਹੈਗਾ ਖੇਤੀ ਕਾਨੂੰਨ ਵਾਪਸ ਮੋਣੀ ਸੋ ਇਸੇ ਤਰੀਕੇ ਨਾਲ ਜਗਿੰਦਰ ਸਿੰਘ ਉਗਰਾਹਾ ਨੇ ਕਿਹਾ ਉਹ ਕਹਿੰਦੇ ਵੀ ਅਸੀਂ ਇਹ ਨਹੀਂ ਕਹਿ ਸਕਦੇ ਵੀ ਬਹੁਤ ਵੱਡੀ ਪ੍ਰਾਪਤੀ ਹੋਈ ਹੈ ਦੋ ਕਾਨੂੰਨਾਂ ਦੇ ਮੁਤਲਕ ਉਹਨਾਂ ਨੇ ਸਹਿਮਤੀ ਬਣਾਈ ਹੈ ਅਸੀਂ ਇਹ ਕਹਿ ਸਕਦੇ ਵੀ ਕੁਝ ਇੱਕ ਹਿਲਜੁਲ ਹੋਈ ਹੈ ਪਰ ਇਹ ਕੋਈ ਪ੍ਰਾਪਤੀ ਵਾਲੀ ਵੱਡੀ ਹੈ ਨਹੀਂ ਉਹਨਾਂ ਨੇ ਕਿਹਾ ਵੀ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਘਰਾਂ ਨੂੰ ਮੁੜਾਂਗੇ ਸੋ ਜਿਹੜੇ ਲੋਕਾਂ ਨੇ ਮੰਨਾਂ ਦੇ ਵਿੱਚ ਸ਼ੰਕਾ ਪੈਦਾ ਹੋਇਆ ਸੀ ਵੀ ਕਿਸਾਨ ਜਿੱਥੇ ਬੰਦੀਆਂ ਸ਼ਾਇਦ ਪਾਟੋ ਧੜ ਦੀਆਂ ਸ਼ਿਕਾਰ ਹੋ ਜਾਣੀਆਂ ਹਾਲ ਦੀ ਘੜੀ ਇਹ ਜਾਪਦਾ ਵੀ ਸਾਰਾ ਕੁਝ ਇਕਜਟਾ ਹਾਲ ਦੀ ਘੜੀ ਇਸ ਗੱਲ ਦੀ ਤਸੱਲੀ ਹੈ ਕਿ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਵਾਪਸ ਜਾਵਾਂਗੇ ਇਸ ਗੱਲ ਦੇ ਉੱਤੇ ਆਪਾਂ ਹਾਲੇ ਵੀ ਡਟੇ ਹੋਏ ਆ ਪਰ ਜਿਹੜੀ ਗੱਲ ਕਹੀ ਹੈ ਕਿਸਾਨ ਆਗੂਆਂ ਨੇ ਵੀ ਆਪਾਂ ਸ਼ਾਂਤੀ ਵੀ ਬਣਾਈ ਰੱਖਣੀ ਆ ਆਪਾਂ ਕੋਈ ਪੜਕੀਲਾ ਕੰਮ ਵੀ ਨਹੀਂ ਕਰਨਾ ਆਪਾਂ ਜ਼ਿਆਰਤੀ ਵੀ ਨਹੀਂ ਕਰਨੀ ਆਪਾਂ ਹੁੱਲੜਬਾਜ਼ੀ ਵੀ ਨਹੀਂ ਕਰਨੀ ਕਿਉਂਕਿ ਕੁਝ ਕੁ ਸ਼ਰਾਰਤ ਕਰਨ ਵਾਲੇ ਲੋਕ ਆ ਜਿਹੜੇ ਉਹ ਇਸ ਵਕਤ ਵਕਫ ਵਕਫ ਥਾਵਾਂ ਦੇ ਉੱਤੇ ਹੈਗੇ ਆ ਜਿਹੜੇ ਰਾਤ ਨੂੰ दारू ਸ਼ਾਰੂ ਪੀ ਕੇ ਟਰੈਕਟਰਾਂ ਦੇ ਉੱਤੇ ਡਿੱਕ ਵੀ ਲਾਉਂਦੇ ਆ ਨੱਚਣ ਵੀ ਲੱਗ ਪੈਂਦੇ ਆ ਉਹਨਾਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਇਦਾਂ ਦਾ ਕੁਝ ਨਹੀਂ ਕਰਨਾ ਜੇਕਰ ਗੋਦੀ ਮੀਡੀਆ ਨੇ ਸਾਡੀ ਵੀਡੀਓ ਦੀ 30 ਸੈਕਿੰਡ ਦੀ 10 ਸੈਕਿੰਡ ਦੀ ਕਲਿੱਪ ਵੀ ਬਣਾ ਲਈ ਨਾ ਆਪਣੀ ਬਦਨਾਮੀ ਬਹੁਤ ਹੋਣੀ ਆ ਜੇਕਰ ਕਿਸੇ ਨੇ ਖਾਲੀ ਬੋਤਲ ਦੀ ਫੋਟੋ ਵੀ ਖਿੱਚ ਲਈ ਉਹਨਾਂ ਨੇ ਕਹਿਣਾ ਜੀ ਕਿਸਾਨ ਤੋਂ ਇਹ ਕੁਝ ਕਰਨੇ ਆਏ تھے ਆਬ ਤੋਂ ਰੰਗੇ ਹੱਥੀ ਹਮਨੇ ਪਕੜ ਲਏ ਹੈ ਸੋ ਆਪਾਂ ਇਹੋ ਜੀ ਕੋਈ ਗਲਤੀ ਨਹੀਂ ਕਰਨੀ ਆਪਾਂ ਤਾਂ ਸੂਝਵਾਨਤਾ ਦਾ ਆਪਾਂ ਸੰਜੀਦਗੀ ਦਾ ਆਪਾਂ ਸੁਹਿਰਦ ਹੋਣ ਦਾ ਸਬੂਤ ਦੇਣਾ ਤੇ ਜਿਹੜੀਆਂ ਗੱਲਾਂ ਉਹ ਲਬਦੇ ਫਿਰਦੇ ਉਹ ਤਾਂ ਸੁਂਗਦੇ ਫਿਰਦੇ ਆ ਵੀ ਅਸੀਂ ਕੁਝ ਨਾ ਕੁਝ ਇਹੋ ਜਿਹਾ ਕਰ ਲਈਏ ਜਿਹਦੇ ਕਰਕੇ ਪੜੋਲ ਉਹ ਬਣਾ ਲੈਣ ਆਪਾਂ ਇਹੋ ਜਿਹਾ ਕੁਝ ਨਹੀਂ ਕਰਨਾ ਸੋ ਜਿਹੜੇ ਕਿਸਾਨਾਂ ਦੇ ਉੱਤੇ ਅੱਜ ਵੀ ਅਤਿਆਚਾਰ ਹੋ ਰਿਹਾ ਉਹਨਾਂ ਦੇ ਨਾਲ ਸਾਡੀ ਹਮਦਰਦੀ ਹੈ ਉਹ ਨਿੱਟਕੇ ਮਾਮਾ ਦੇ ਪੁੱਤ ਆ ਜਿਹੜੇ ਉਹ ਡਟੇ ਹੋਏ ਆ ਉਹਨਾਂ ਦੇ ਉੱਤੇ ਮਾਣ ਵੀ ਹੈ ਪਰ ਜਿਹੜੀਆਂ ਸਾਡੇ ਕਿਸਾਨ ਆਗੂਆਂ ਨੇ ਗੱਲਾਂ ਕਹੀਆਂ ਉਹਨਾਂ ਦੇ ਉੱਤੇ ਵੀ ਰਸ਼ਕਾ ਕੇਂਦਰ ਦੀ ਸਰਕਾਰ ਦੀ ਤੌਣ ਦੇ ਵਿੱਚੋਂ ਕੀ ਨਿਕਲੂਗਾ ਇਸ ਗੱਲ ਦੇ ਲਈ ਆਸਵੰਦ ਸਾਡੇ ਪੰਜਾਬ ਦੇ ਕਿਸਾਨ ਆਗੂ ਹੈਗੇ ਆ ਮਾਣ ਕਰਨਾ ਚਾਹੀਦਾ ਜਜ਼ਬਾ ਕੀ ਹੁੰਦਾ ਇਹ ਇਸ ਅੰਦੋਲਨ ਦੇ ਵਿੱਚੋਂ ਕਿਸਾਨ ਅੰਦੋਲਨਾਂ ਦੇ ਵਿੱਚੋਂ ਹਰ ਰੋਜ਼ ਕਿਸੇ ਨਾ ਕਿਸੇ ਉਦਾਹਰਣ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਮੈਂ ਇੱਕ ਦਿਨ ਅੱਗੇ ਵੀ ਗੱਲ ਕੀਤੀ ਸੀ ਜਦੋਂ ਅਸੀਂ ਪ੍ਰਾਈਮੇਸ਼ੀਆ ਦੇ ਵੱਲੋਂ ਗਏ ਸਿੰਘੂ ਬਾਰਡਰ ਦੇ ਉੱਤੇ ਇੱਕ ਬਜ਼ੁਰਗ ਮਾਤਾ ਦਾ ਗਿੱਟਾ ਟੁੱਟਿਆ ਹੋਇਆ ਉਹਦੇ ਪਲਾਸਟਰ ਲੱਗਿਆ ਹੋਇਆ ਮੈਂ ਉਹਨਾਂ ਨੂੰ ਸਵਾਲ ਕੀਤਾ ਮਾਤਾ ਜੀ ਲੰਗੜਾ ਕੇ ਤੁਰਦੇ ਹੋ ਪਲਾਸਟਰ ਲੱਗਿਆ ਹੋਇਆ ਕੀ ਗੱਲ ਬਣ ਗਈ ਕਹਿੰਦੇ ਪੁੱਤ ਗੱਲ ਅਸਲ ਦੇ ਵਿੱਚ ਇਹ ਹੈ ਵੀ ਜਿਸ ਦਿਨ ਅਸੀਂ ਨੇ ਸ਼ੰਭੂ ਬੈਰੀਅਰ ਪਾਰ ਕਰਦੇ ਸੀ ਪੁਲਸ ਨੇ ਡਾਂਗ ਮਾਰੀ ਇੱਕ ਕਰਮਚਾਰੀ ਨੇ ਤੇ ਮੇਰਾ ਗਿੱਟਾ ਟੁੱਟ ਗਿਆ ਮੈਂ ਕਿਹਾ ਮਾਤਾ ਜੀ ਫਿਰ ਤੁਸੀਂ ਬੈਡ ਰੈਸਟ ਕਰਨੀ ਸੀ ਤੁਸੀਂ ਘਰ ਦੇ ਵਿੱਚ ਰਹਿਣਾ ਸੀ ਤੁਸੀਂ ਲੰਗੜਾ ਕੇ ਤੁਰਦੇ ਆ ਤੁਹਾਡੀ ਸਮੱਸਿਆ 'ਚ ਵਾਧਾ ਨਾ ਹੋ ਜੇ ਇਹ ਤਾਂ ਤੁਹਾਡਾ ਜੋੜ ਹੀ ਨਹੀਂ ਸਹੀ ਲੱਗਣਾ ਉਸ ਮਾਤਾ ਨੇ ਇੱਕ ਗੱਲ ਕਹੀ ਮੈਂ ਅਜੇ ਤੱਕ ਭਾਵਕ ਹੋ ਜਾਣਾ ਉਹ ਗੱਲ ਨੂੰ ਚੇਤੇ ਕਰਕੇ ਉਹ ਕਹਿੰਦੇ ਪੁੱਤ ਜੇਕਰ ਮੇਰੀ ਲਾਤਾਂ ਨਾ ਜਿਹੜੀ ਲੈ ਵੀ ਜਾਂਦੀ ਉਹ ਇੱਥੋਂ ਪੱਟ ਦੇ ਕੋਲੋਂ ਹੀ ਲੈ ਜਾਂਦੀ ਮੈਂ ਤਾਂ ਵੀ ਉਨਾ ਚਿਰ ਇੱਥੇ ਰਹਿਣਾ ਸੀ ਜਿੰਨਾ ਚਿਰ ਮੇਰੇ ਸਾਹ ਚੱਲਦੇ ਆ ਤੇ ਮੈਂ ਕਿਹਾ ਮਾਤਾ ਜੀ ਤੁਹਾਡੇ ਧੀਆ ਪੁੱਤ ਕੀ ਕਰਦੇ ਉਹ ਵੀ ਇੱਥੇ ਆਏ ਆ ਉਹਨੇ ਜਿਹੜੀ ਅਗਲੀ ਗੱਲ ਕਹੀ ਉਹ ਮੈਨੂੰ ਅੰਦਰੋਂ ਚੀਰ ਗਈ ਮਾਤਾ ਕਹਿੰਦੀ ਵੀ ਨਾ ਮੇਰੇ ਪੋਤਾ ਨਾ ਮੇਰੇ ਧੀਆ ਮੇਰੇ ਕੋਈ ਔਲਾਦ ਨਹੀਂ ਗਈ ਤੇ ਘਰ ਵਾਲੇ ਦੀ ਮੇਰੇ ਦੀ ਮੌਤ ਹੋ ਗਈ ਸੀ ਤੇ ਮੈਂ ਕੱਲੀ ਰਹਿਣੀ ਆ ਤੇ ਮੈਂ ਮਰਨ ਤੱਕ ਇੱਥੇ ਹੀ ਆ ਮੈਂ ਕਿਤੇ ਨਹੀਂ ਚੱਲੀ ਇਹ ਸਾਰੇ ਜਿਹੜੇ ਲੋਕ ਲੱਖਾਂ ਦੀ ਗਿਣਤੀ ਦੇ ਵਿੱਚ ਆ ਇਹ ਮੇਰੇ ਧੀਆਂ ਪੁੱਤ ਆ ਤੇ ਮੇਰਾ ਸਿਰ ਝੁਕ ਗਿਆ ਉਸ ਮਾਤਾ ਦੇ ਮੂਹਰੇ ਵੀ ਇਹੋ ਜੇ ਯੋਧੇ ਇਹੋ ਜੀਆਂ ਮਾਵਾਂ ਵੀ ਸਾਡੇ ਵਿੱਚ ਆ ਜਿਹੜੀਆਂ ਕਿ ਆਪਣਾ ਸਾਰਾ ਕੁਝ ਵਾਰ ਕੇ ਇੱਥੇ ਪਹੁੰਚ ਗੀਆਂ ਕਿਹੜੀ ਸਰਕਾਰ ਟਿਕੂਗੀ ਇਹਨਾਂ ਦੇ ਮੂਹਰੇ ਅੱਜ ਇੱਕ ਹੋਰ ਖਬਰ ਆਈ ਆ ਗੁਰਦਾਸਪੁਰ ਦੇ ਵਿੱਚ ਪਿੰਡ ਹੈਗਾ ਚਿੱਟੀ ਚਿੱਟੀ ਪਿੰਡ ਦਾ ਕਿਸਾਨ ਆ ਜਿਹੜਾ ਕਿ ਪਹਿਲੇ ਦਿਨ ਤੋਂ ਬਾਰਡਰ ਦੇ ਉੱਤੇ ਡਟਿਆ ਹੋਇਆ ਉਡੀ ਧਰਮ ਪਤਨੀ ਦੀ ਮੌਤ ਹੋ ਜਾਂਦੀ ਹੈ ਆਪਾਂ ਜਾਣਦੇ ਵੀ ਜਦੋਂ ਕਿਸੇ ਦੇ ਘਰ ਦੇ ਵਿੱਚ ਵੀ 70 ਵਿਸ਼ੇ ਸੋਗ ਪਵੇ ਤਾਂ ਫਿਰ ਉਹ ਬੰਦਾ ਹਿੱਲ ਜਾਂਦਾ ਪਰ ਯੋਧਾ ਦੇਖੋ ਕਮਾਲ ਦੀ ਗੱਲ ਉਹਦੀ ਊਰਜਾ ਦੇਖੋ ਉਹਦਾ ਜੋਸ਼ ਦੇਖੋ ਉਹਦੀ ਜ਼ਿੰਮੇਵਾਰੀ ਦੇਖੋ ਉਹਦਾ ਫਰਜ਼ ਦੇਖੋ ਉਹ ਵਾਪਸ ਆਇਆ ਆਪਣੀ ਘਰ ਵਾਲੀ ਦੀਆਂ ਸਾਰੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਭੋਗ ਵੀ ਪੈ ਗਿਆ ਨਾਲ ਦੀ ਨਾਲ ਉਸੇ ਦਿਨ ਫੇਰ ਬਾਰਡਰ ਦੇ ਉੱਤੇ ਉਹ ਕਹਿੰਦਾ ਵੀ ਜੋ ਸਾਡੇ ਘਰ ਦੇ ਵਿੱਚ ਕੁਦਰਤ ਨੇ ਕਹਿਰ ਵਰਤਾਇਆ ਇਹ ਬਹੁਤ ਮਾੜਾ ਹੋਇਆ ਮੈਂ ਇਹਨੂੰ ਬਦਲ ਨਹੀਂ ਸਕਦਾ ਪਰ ਜੋ ਕੁਝ ਬਦਲ ਸਕਦਾ ਉਹਦੇ ਲਈ ਤਾਂ ਉੱਥੇ ਪਹੁੰਚਾ ਸਲਾਮ ਹੈ ਇਹੋ ਜਿਹੇ ਯੋਧਿਆਂ ਨੂੰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਖੇਤੀਕਰਨ ਨੂੰ ਨਰਾਧ ਕਰਵਾਉਣ ਦੇ ਲਈ ਕਿਸਾਨ ਵੱਡੀ ਗਿਣਤੀ ਦੇ ਵਿੱਚ ਦਿੱਲੀ ਸੰਘਰਸ਼ ਤੇ ਡਟੇ ਹੋਏ ਨੇ ਤੇ ਇਸ ਕਿਸਾਨੀ ਸੰਘਰਸ਼ ਦੌਰਾਨ ਹੁਣ ਤੱਕ ਕਈ ਕਿਸਾਨਾਂ ਦੀ ਸ਼ਹਾਦਤ ਵੀ ਹੋਈ ਹੈ ਤੇ ਕਈ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋਈ ਹੈ ਪਰ ਇਸ ਦੇ ਬਾਵਜੂਦ ਕਿਸਾਨ ਸੰਘਰਸ਼ ਨੂੰ ਪਹਿਲ ਦੇ ਰਹੇ ਨੇ ਅਜੇ ਆਹੀ ਇੱਕ ਕਿਸਾਨ ਪਰਿਵਾਰ ਗੁਰਦਾਸਪੁਰ ਦੇ ਪਿੰਡ ਚਿੱਟੀ ਦਾ ਰਹਿਣ ਵਾਲਾ ਕਿਸਾਨ ਹਰਨੇਵ ਸਿੰਘ ਚਿੱਟੀ ਸ਼ੁਰੂ ਤੋਂ ਹੀ ਕਿਸਾਨੀ ਸੰਘਰਸ਼ ਵਿੱਚ ਡਟਿਆ ਹੋਇਆ ਕਿਸਾਨੀ ਸੰਘਰਸ਼ ਦੌਰਾਨ ਹੀ ਉਸ ਦੀ ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਘਰ ਦੇ ਵਿੱਚ ਅੰਤਮ ਰਸਮਾਂ ਨੂੰ ਨਿਭਾਉਂਦੇ ਹੋਏ ਉਹ ਆਪਣੇ ਬੱਚਿਆਂ ਨੂੰ ਤੇ ਆਪਣੀ ਬਜ਼ੁਰਗ ਮਾ ਸਾਨੂੰ ਘਰ ਦੇ ਵਿੱਚ ਇਕੱਲਿਆਂ ਛੱਡ ਕੇ ਇੱਕ ਵਾਰ ਫਿਰ ਦਿੱਲੀ ਕਿਸਾਨੀ ਸੰਘਰਸ਼ ਦੇ ਵਿੱਚ ਪਹੁੰਚ ਗਿਆ ਕਿਸਾਨ ਹਰਦੇਵ ਸਿੰਘ ਦਾ ਕਹਿਣਾ ਕਿ ਇਹ ਲੜਾਈ ਉਹਦੇ ਟੱਬਰ ਤੋਂ ਵੱਧ ਜ਼ਰੂਰੀ ਹੈ ਇਹ ਲੜਾਈ ਪੂਰੇ ਪੰਜਾਬ ਦੀ ਹੋਂਦ ਦੇ ਨਾਲ ਸੰਬੰਧਤ ਹੈ ਕਿਸਾਨ ਹਰਦੇਵ ਸਿੰਘ ਨੇ ਕਿਹਾ ਜਦੋਂ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਉਦੋਂ ਤੋਂ ਉਹ ਕਿਸਾਨ ਸੰਘਰਸ਼ ਦੇ ਨਾਲ ਨੇ 25 ਨਵੰਬਰ ਨੂੰ ਜਦੋਂ ਉਹ ਸਿੰਘੂ ਬਾਰਡਰ ਦੇ ਉੱਤੇ ਡਟੇ ਸਨ ਤਾਂ ਸ਼ਾਮ ਦੇ ਵੇਲੇ ਫੋਨ ਆਇਆ ਕਿ ਉਸ ਦੀ ਧਰਮ ਪਤਨੀ ਪਰਮਜੀਤ ਕੌਰ ਦੀ ਮੌਤ ਹੋ ਗਈ ਹੈ ਉਸ ਸਮੇਂ ਵਾਪਸ ਆਉਣਾ ਬਹੁਤ ਔਖਾ ਸੀ ਪਰ ਫਿਰ ਜਥੇਬੰਦੀਆਂ ਦੇ ਆਗੂਆਂ ਤੋਂ ਮਨਜ਼ੂਰੀ ਲੈ ਕੇ ਪਿੰਡ ਵਾਪਸ ਆਇਆ ਤੇ ਆਪਣੇ ਫਰਜ਼ ਤੇ ਅੰਤਮ ਰਸਮਾਂ ਨਿਭਾ ਕੇ ਉਹ ਇੱਕ ਵਾਰ ਫਿਰ ਦਿੱਲੀ ਪਹੁੰਚ ਚੁੱਕਿਆ ਤੇ ਉਹਨੇ ਬੱਚਿਆਂ ਨੂੰ ਇਹ ਬੇਨਤੀ ਕੀਤੀ ਹੈ ਕਿ ਮੈਨੂੰ ਰੋਕਿਆ ਨਾ ਜਾਵੇ ਇਸ ਵਕਤ ਇਹ ਲੜਾਈ ਮੇਰੀ ਨਹੀਂ ਪੰਜਾਬ ਦੀ ਨਹੀਂ ਸਗੋਂ ਸਮੁੱਚੇ ਦੇਸ਼ ਦੀ ਬਣ ਚੁੱਕੀ ਹੈ ਮੈਂ ਇੱਕ ਫੌਜੀ ਯੋਧੇ ਦੇ ਵਾਂਗ ਆਪਣੇ ਫਰਜ਼ ਪੂਰੇ ਕਰਨੇ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ ਇਹਨਾਂ ਲੋਕਾਂ ਦੇ ਉੱਤੇ ਮਾਣ ਹੁੰਦਾ ਰਸ਼ਕ ਹੁੰਦਾ ਤੇ ਇਹ ਅਹਿਸਾਸ ਹੁੰਦਾ ਕਿ ਅਸੀਂ ਤਾਂ ਇਹਨਾਂ ਦੇ ਮੁਰੇ ਕੁਝ ਵੀ ਨਹੀਂ ਇਹ ਦੇਖੋ ਕਿੰਨੇ ਮਹਾਨ ਬੰਦੇ ਆ ਜਿਨ੍ਹਾਂ ਨੇ ਟਰਾਲਿੰਗਾਂ ਨੂੰ ਟੈਂਕ ਬਣਾ ਲਿਆ ਜਿਹੜੇ ਫੌਜੀ ਬਣ ਕੇ ਡਟ ਗਏ ਆ ਵੀ ਅਸੀਂ ਇੱਥੇ ਬੈਠੇ ਆ ਭਾਵੇਂ ਠਾਰੀ ਸਿਰੇ ਦੀ ਆ ਪਾਲਾ ਲੱਗਦਾ ਤਾਂਬਾ ਛੜਦਾ ਖੁੱਲੇ ਅਸਮਾਨ ਦੇ ਥੱਲੇ ਸੌਣਾ ਪੈਂਦਾ ਇੱਕ ਇੱਕ ਟਰਾਲੀ ਦੇ ਵਿੱਚ 12 12 15 15 ਜਣੇ ਵੀ ਸੌਂਦੇ ਆ ਪਰ ਹੌਸਲੇ ਦੇਖੋ ਜਜ਼ਬਾ ਦੇਖੋ ਤਾਕਤ ਦੇਖੋ ਅੰਦਰੂਨੀ ਜਿਹੜਾ ਜੋਸ਼ ਠਾਠਾ ਮਾਰਦਾ ਇਹਦੇ ਮੂਰੇ ਪਾਲਾ ਵੀ ਕੁਛ ਨਹੀਂ ਕਰਦਾ ਤੇ ਕੇਂਦਰ ਦੀ ਸਰਕਾਰ ਲੇਫ ਰਹੀ ਹੈ ਇਹਨਾਂ ਦੀ ਇਸ ਜੋਸ਼ ਦੇ ਕਰਕੇ ਤੇ ਲਿਖੂਗੀ ਹਾਲੇ ਹੋਰ ਵੀ ਮੈਂ ਇੱਕ ਹੋਰ ਉਦਾਹਰਨ ਦਿੰਦਾ ਜਦੋਂ ਤਿੰਨ ਪੀੜੀਆਂ ਨੂੰ ਅਸੀਂ ਇੱਥੇ ਬਾਰਡਰ ਦੇ ਉੱਤੇ ਬੈਠੇ ਹੋਏ ਦੇਖਦੇ ਆ ਪਹਿਲਾਂ 80 ਸਾਲ ਦਾ ਬਾਪੂ ਵੀ ਆ ਨਾਲ ਉਹਦਾ ਪੁੱਤ ਆ ਜਿਹੜਾ 50 ਸਾਲ ਦਾ ਜਾਂ 55 ਸਾਲ ਦਾ ਫਿਰ ਉਹਦਾ ਅੱਗੋ ਪੁੱਤ ਆ ਜਿਹੜਾ ਕਿ 20-25 ਸਾਲ ਦਾ ਤਾਂ ਫਿਰ ਮਾਣ ਹੁੰਦਾ ਵੀ ਯਾਰ ਦੇਖੋ ਕਿਆ ਬਾਤ ਆ ਇਹਨਾਂ ਲੋਕਾਂ ਦੇ ਉੱਤੇ ਕੀ ਮਾਣ ਕੀਤਾ ਜਾ ਸਕਦਾ ਇਹਨਾਂ ਲੋਕਾਂ ਦੇ ਉੱਤੇ ਜਿੰਨਾ ਵੀ ਮਾਣ ਕਰੀਏ ਉਹ ਥੋੜਾ ਈ ਥੋੜਾ ਜਦੋਂ ਤਿੰਨ ਤਨ ਪੀੜ੍ਹੀਆਂ ਉੱਥੇ ਬੈਠੀਆਂ ਹੋਣ ਤੇ ਜਦੋਂ ਮਾਵਾ ਆਪਣੇ ਬੱਚੇ ਲੈ ਕੇ ਅੰਦੋਲਨ ਦੇ ਵਿੱਚ ਪਹੁੰਚ ਜਾਣ ਤਾਂ ਫਿਰ ਕੌਣ ਡੱਕ ਸਕਦਾ ਤੇ ਕੌਣ ਰੋਕ ਸਕਦਾ ਤੇ ਜਦੋਂ ਬੱਚੇ ਟਰਾਲੀਆਂ ਦੇ ਵਿੱਚ ਬੈਠ ਕੇ ਸਵੇਰ ਦੇ ਵੇਲੇ ਆਨਲਾਈਨ ਕਲਾਸਾਂ ਲਾਉਂਦੇ ਹੋਣ ਤੇ ਉਸ ਤੋਂ ਬਾਅਦ ਉਹੀ ਬੱਚੇ ਜਿਹੜੇ ਮਾਪਿਆਂ ਦੇ ਨਾਲ ਉੱਥੇ ਲੰਗਰ ਬਣਾਉਣ ਦੇ ਲਈ ਹੱਥ ਵਟਾਉਂਦੇ ਹੋਣ ਤੇ ਫਿਰ ਆਥਣ ਦੇ ਵੇਲੇ ਸਾਰੀ ਸਫਾਈ ਵੀ ਕਰਵਾਉਂਦੇ ਹੋਣ ਕਿਉਂਕਿ ਜਿਹੜੇ ਆਲੇ-ਦੁਆਲੇ ਡਿਸਪੋਜ਼ੇਬਲ ਪਲੇਟਾਂ ਜਣੀਆਂ ਥਿੱਲਰ ਜਾਂਦੀਆਂ ਹੋਰ ਗੱਦਪਿਲ ਪੈ ਜਾਂਦਾ ਉਹਦੀ ਸਫਾਈ ਕਰਕੇ ਰਾਤ ਨੂੰ ਫੇਰ ਸੁੱਤਾ ਜਾਂਦਾ ਸੋ ਤੜਕੇ ਫੇਰ ਉੱਠ ਕੇ ਉਹੀ ਕੰਮ ਕਰਨਾ ਹੁੰਦਾ ਇਹ ਇੱਕ ਬਹੁਤ ਵੱਡੀ ਤਪੱਸਿਆ ਇਹ ਇਸ ਸਿਆਲ ਦੇ ਵਿੱਚ ਕੀਤੀ ਜਾ ਰਹੀ ਤਪੱਸਿਆ ਜਿਹੜੀ ਰੰਗ ਲੈ ਕੇ ਆਉਗੀ ਸੋ ਇਹਨਾਂ ਲੋਕਾਂ ਦੇ ਉੱਤੇ ਸਭ ਕੁਝ ਕੁਰਬਾਨ ਆ ਇਹਨਾਂ ਲੋਕਾਂ ਨੂੰ ਲੱਖ ਵਾਰ ਸਲਾਮ ਆ ਕੋਈ ਇਹ ਗੱਲ ਕਵੇ ਲੰਗਰ ਖਾਣ ਲਈ ਗਏ ਆ ਤਾਂ ਪਿਕਨਿਕ ਤੇ ਗਏ ਆ ਇਹ ਤਾਂ ਜੀ ਮौज-ਮਸਤੀ ਲਈ ਗਈ ਆ ਜੀ ਇਹ ਤਾਂ ਮੇਲਾ ਲਾਉਣ ਗਏ ਆ ਉਹਨਾਂ ਲੋਕਾਂ ਨੂੰ ਲੱਖ ਦੀ ਲਾਣਤਾ ਇਹਨਾਂ ਯੋਧਿਆਂ ਵਰਗਾ ਯੋਧਾ ਘਰ ਘਰ ਦੇ ਵਿੱਚ ਨਹੀਂ ਪੈਦਾ ਹੁੰਦਾ ਖਾਸ ਕਰਕੇ ਰਾਜਨੀਤਿਕ ਲੋਕਾਂ ਦੇ ਘਰ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਪੈਦਾ ਹੁੰਦਾ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਟੜ ਦੇ ਇੱਕ ਵਾਰ ਫਿਰ ਤਰਲਾ ਜਾਂ ਮਾਰਿਆ ਕਿਉਂਕਿ ਲੰਘੇਵਰੇ 2020 ਦੇ ਵਿੱਚ ਜਿਸ ਤਰੀਕੇ ਨਾਲ ਆਲੋਚਨਾ ਖੱਟੀ ਖੱਟੜ ਨੇ ਉਹ ਮੇਰਾ خیال ਹੈ ਬਈ ਲੰਮਾ ਸਮਾਂ ਨਾ ਤਾਂ ਉਹਨਾਂ ਦੇ ਚੇਤੇ ਦੇ ਵਿੱਚੋਂ ਨਿਕਲਣੀ ਆ ਤੇ ਨਾ ਹੀ ਸਾਡੇ ਤੁਹਾਡੇ ਪਰ ਹੁਣ ਉਹਨਾਂ ਨੇ ਇੱਕ ਭਰੋਸਾ ਜਾਂ ਦਿਵਾਉਣ ਦੀ ਕੋਸ਼ਿਸ਼ ਕੀਤੀ ਆ ਵੀ ਜੋ ਕੇਂਦਰ ਦੀ ਸਰਕਾਰ ਨੇ ਕੀਤਾ ਉਹ ਸਹੀ ਕੀਤਾ ਉਹਨਾਂ ਨੇ ਇੱਕ ਦਾਵਾ ਜਾਂ ਕਰਨ ਦੀ ਕੋਸ਼ਿਸ਼ ਕੀਤੀ ਆ ਕਹਿੰਦੇ ਵੀ ਜਿੰਨਾ ਚਿਰ ਮੈਂ ਆ ਐਮਐਸਪੀ ਕਿਤੇ ਨਹੀਂ ਜਾਂਦੀ ਤੇ ਐਮਐਸਪੀ ਕੇਂਦਰ ਦੀ ਸਰਕਾਰ ਕਦੇ ਵੀ ਖਤਮ ਨਹੀਂ ਕਰ ਸਕਦੀ ਤੇ ਜੇ ਕਿਤੇ ਐਮਐਸਪੀ ਖਤਮ ਹੋ ਗਈ ਨਾ ਤਾਂ ਮੈਂ ਉਸੇ ਰਣੀ ਰਾਜਨੀਤੀ ਛੱਡ ਦੇਣੀ ਆ ਹੁਣ ਰਾਜਨੀਤਿਕ ਲੋਕ ਜੋ ਮਰਜ਼ੀ ਕਰੀ ਜਾਣੇ ਯਕੀਨ ਕਰਦਾ ਕੋਣਾ ਨਿਆਣਾ ਵੀ ਨਹੀਂ ਕਰਦਾ ਸਿਆਣੇ ਨੇ ਤਾਂ ਕਰਨਾ ਕੀ ਜਿਹੜਾ ਕਿ ਵੋਟਾਂ ਪਾ ਪਾ ਕੇ ਪਛਤਾਉਂਦਾ ਮਨੋਰ ਲਾਲ ਖੱਟੜ ਤੋਂ ਪਹਿਲਾਂ ਵੀ ਬਹੁਤ ਸਾਰੇ ਨੇਤਾਵਾਂ ਨੇ ਸਮੇਂ-ਸਮੇਂ ਦੇ ਉੱਤੇ ਇਹ ਗੱਲ ਕਹੀ ਜੀ ਕਿ ਸਾਨੂੰ ਆਖਰੀ ਵਾਰ ਮੌਕਾ ਦੇ ਦਿਓ ਪੰਜਾਬ ਦੇ ਵੀ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਸੀ ਵੀ ਆਖਰੀ ਮੇਰੀ ਚੋਣ ਆ ਜਿੱਤ ਕੇ ਕਦੇ ਪੰਜਾਬ ਦੇ ਮਸਲੇ ਬਹੁਤ ਵੱਡੇ ਮੈਂ ਤਾਂ ਨਹੀਂ ਕਿਤੇ ਜਾਂਦਾ ਮੈਂ ਤਾਂ ਆਖਰੀ ਸਾਹ ਤੱਕ ਟੋਣਾ ਲੜੂ ਜਿੰਨੇ ਚਿਰ ਆਖਰੀ ਮਸਲਾ ਨਹੀਂ ਹੱਲ ਹੁੰਦਾ ਸੋ ਰਾਜਨੀਤਿਕ ਲੋਕ ਮੁੱਕਰ ਜਾਂਦੇ ਹੁੰਦੇ ਆ ਯਕੀਨ ਪੂਰਾ ਨਹੀਂ ਕਰਨਾ ਕਿਸੇ ਨੇ ਖੱਟੜ ਦਾ ਪਰ ਉਹਨਾਂ ਨੇ ਜਿਹੜੀ ਗੱਲ ਕਹੀ ਆ ਪਹਿਲਾਂ ਉਹਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ لال ਖੱਟੜ ਨੇ ਇੱਕ ਵਾਰ ਫੇਰ ਕਿਹਾ ਕਿ ਜੇਕਰ ਕੋਈ ਸੂਬੇ ਦੇ ਵਿੱਚੋਂ ਐਮਐਸਪੀ ਦੀ ਵਿਵਸਥਾ ਖਤਮ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ ਵੀਰਵਾਰ ਨੂੰ ਖੱਟੜ ਨੇ ਐਲਾਨ ਕੀਤਾ ਕਿ ਅਸੀਂ ਹਰਿਆਣਾ ਵਿੱਚ ਐਮਐਸਪੀ ਦੀ ਵਿਵਸਥਾ ਜਾਰੀ ਰੱਖਣ ਲਈ ਵਚਨਬੱਧ ਹਾਂ ਕਿਸਾਨ ਕਾਨੂੰਨਾਂ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਦੇ ਕਿਸਾਨ ਭਾਜਪਾ ਤੋਂ ਨਾਰਾਜ਼ ਚੱਲ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੋਹਾਂ ਸੂਬਿਆਂ ਦੇ ਕਿਸਾਨ ਦਿੱਲੀ ਦੀ ਸਰਹੱਦ ਦੇ ਉੱਤੇ ਬੈਠੇ ਨੇ ਕੁਝ ਕਿਸਾਨ ਜਥੇਬੰਦੀਆਂ ਹਰਿਆਣਾ ਤੇ ਪੰਜਾਬ ਦੇ ਅੰਦਰ ਵੀ ਕਈ ਥਾਵਾਂ ਦੇ ਉੱਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਨੇ ਮੰਗ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਪਰ ਖੱਟੜ ਨੇ ਕਿਹਾ ਕਿ ਮੇਰੇ ਉੱਤੇ ਯਕੀਨ ਕਰੋ ਹਾਲਾਂਕਿ ਕਿਸਾਨ ਯਕੀਨ ਕਰਨਾ ਠੀਕ ਨਹੀਂ ਸਮਝਦੇ ਇਸ ਖਬਰ ਦੇ ਉੱਤੇ ਟਿੱਪਣੀ ਕਰਨ ਲਿਆ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਖੱਟੜ ਹੋਰੀ ਹੋਣ ਜਾਂ ਕਿਸੇ ਵੀ ਹੋਰ ਪਾਰਟੀ ਦਾ ਕੋਈ ਵੀ ਨੇਤਾ ਹੋਵੇ ਯਕੀਨ ਆਮ ਲੋਕ ਨਹੀਂ ਕਰਦੇ ਤੇ ਕਰਨਾ ਵੀ ਨਹੀਂ ਚਾਹੀਦਾ ਕਿਉਂਕਿ ਇਹਨਾਂ ਨੇ ਬੇਪਰੋਸਗੀ ਪੈਦਾ ਹੀ ਇਹੋ ਜਿਹੀ ਕੀਤੀ ਹੈ ਸੋ ਜੇਕਰ ਤੁਸੀਂ ਕਹਿੰਦੇ ਬਈ ਇਹ ਸਾਰਾ ਕੁਝ ਜਾਰੀ ਰਹੂਗਾ ਮੈਂ ਰਾਜਨੀਤੀ ਛੱਡ ਦੂ ਜੇਕਰ ਖੁਸਿਆ ਤਾਂ ਫਿਰ ਤੁਸੀਂ ਉਹਨੂੰ ਗਰੰਟੀ ਦੇ ਰੂਪ ਵਿੱਚ ਦੇ ਦਿਓ ਲਿਖਤੀ ਤੌਰ ਤੇ ਦੇ ਦਿਓ ਪਰ ਤੁਸੀਂ ਕਾਨੂੰਨੀ ਰੂਪ ਦੇ ਵਿੱਚ ਲਿਆਓ ਐਮਐਸਪੀ ਨੂੰ ਫਿਰ ਵਿੱਚ ਸਮੱਸਿਆ ਕਿਹੜੀ ਗੱਲ ਦੀ ਜਦੋਂ ਗਰੰਟੀ ਇੰਨੀ ਵੱਡੀ ਦੇਣ ਲੱਗੇ ਆ ਫਿਰ ਤੁਸੀਂ ਆਹੇ ਹੀ ਕੰਮ ਕਰ ਲਓ ਜਿਹੜਾ ਕਿਸਾਨ ਕਹਿੰਦੇ ਆ ਇੱਕ ਹੋਰ ਗੱਲ ਦੱਸਦੇ ਆ ਕੇਰਲ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਪ੍ਰਸਤਾਵ ਲਿਆਂਦਾ ਗਿਆ ਖੇਤੀ ਕਾਨੂੰਨਾਂ ਦੇ ਖਿਲਾਫ ਉੱਥੇ ਹੁਣ ਭਾਜਪਾ ਦਾ ਇੱਕ ਇਕਲੌਤਾ ਵਿਧਾਇਕ ਆ ਉਹਦੇ ਵੱਲੋਂ ਵੀ ਵਿਧਾਨ ਸਭਾ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਭੁਗਤਿਆ ਗਿਆ ਤੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਭੁਗਤਿਆ ਉਹਨੇ ਕਿਹਾ ਜੀ ਕਿ ਮੈਂ ਕਿਸਾਨਾਂ ਦੇ ਸੰਘਰਸ਼ ਨੂੰ ਸਮਝ ਸਕਦਾ ਕਿਸਾਨ ਵਿਚਾਰੇ ਬਹੁਤ ਔਖੇ ਹੋ ਕੇ ਸੰਘਰਸ਼ ਕਰ ਰਹੇ ਠਾਰੀ ਦੇ ਵਿੱਚ ਸਾਡੀ ਕੇਂਦਰ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਸੀ ਜਿਹੜਾ ਸੋਚਿਆ ਨਹੀਂ ਉਹਨੇ ਉੱਥੇ ਵਿਧਾਨ ਸਭਾ ਦੇ ਵਿੱਚ ਖੇਤੀ ਕਰੂਨਾ ਦੇ ਖਿਲਾਫਤ ਕੀਤੀ ਹੈ ਪਰ ਜਦੋਂ ਇਸ ਗੱਲ ਦਾ ਪਤਾ ਭਾਜਪੀ ਨੂੰ ਲੱਗਾ ਮੀਡੀਆ ਦੇ ਵਿੱਚ ਗੱਲ ਆਈ ਹਾਈ ਕਮਾਂਡ ਨੂੰ ਪਤਾ ਲੱਗਾ ਹੱਥਾ ਪੈਰਾਂ ਦੀ ਪੈ ਗਈ ਉਹਨਾਂ ਨੇ ਦਬਾਰ ਦਬੂ ਬਣਾ ਕੇ ਭਾਜਪੀ ਦੇ ਇਸ ਇਕਲੌਤੇ ਵਿਧਾਇਕ ਨੂੰ ਮੁਕਰਾਤ ਆ ਲਿਆ ਪਰ ਗੱਲ ਇਹ ਹੈ ਵੀ ਭਾਜਪੀ ਦੇ ਵੀ ਕਈ ਨੇਤਾਵਾਂ ਦੇ ਅੰਦਰੋਂ ਆਵਾਜ਼ ਉੱਠਦੀ ਹੈ ਵੀ ਯਾਰ ਕਿਸਾਨਾਂ ਨਾਲ ਹੋ ਤਾਂ ਧੱਕਾ ਹੀ ਰਿਆ ਉਹ ਵੀ ਇਹ ਗੱਲ ਕਹਿੰਦੇ ਆ ਵੀ ਜ਼ਿਆਰਤੀ ਬੰਦ ਹੋਣੀ ਚਾਹੀਦੀ ਹੈ ਉਹਨਾਂ ਦੇ ਅੰਦਰ ਵੀ ਜੇਕਰ ਸੰਵੇਦਨਸ਼ੀਲਤਾ ਹੈ ਤਾਂ ਉਹਨਾਂ ਦੇ ਵਿੱਚੋਂ ਕਈ ਇਹ ਸੋਚਦੇ ਆ ਜੀ ਕਿ ਜੇਕਰ ਇਹ ਸਾਰਾ ਕੁਝ ਖਤਮ ਹੋ ਜੇ ਜੇਕਰ ਖੇਤੀਕਰ ਨੂੰ ਵਾਪਸ ਲੈ ਲੈ ਜਾਣ ਤਾਂ ਕਿਸਾਨ ਵੀ ਵਿਚਾਰੇ ਆਪੋ ਆਪਣੇ ਘਰ ਹੀ ਜਾਣ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਆਗੂ ਇਹ ਨਹੀਂ ਸੋਚਦੇ ਉਹ ਸਿਰਫ ਤੇ ਸਿਰਫ ਕੇਂਦਰ ਦੀ ਸਰਕਾਰ ਦੀ ਚਮਚੀ ਮਾਰਦੇ ਆ ਪਰ ਕੁਝ ਕੁ ਲੋਕ ਹੈਗੇ ਆ ਜਿਵੇਂ ਕਿ ਬੀਜੇਪੀ ਦਾ ਕੇਰਲ ਤੋਂ ਵਿਧਾਇਕ ਜਿਹਦੇ ਵੱਲੋਂ ਇਹ ਗੱਲ ਕਹੀ ਗਈ ਆ ਭਾਵੇਂ ਕਿ ਮੁਕਰਨਾ ਉਹਦੀ ਮਜਬੂਰੀ ਵੀ ਬਣ ਗਿਆ ਪਰ ਫਿਰ ਵੀ ਕੁਝ ਕੁ ਲੋਕ ਹੈਗੇ ਆ ਜਿਹੜੇ ਕਿ ਜਿਉਂਦੀ ਜ਼ਮੀਰ ਵਾਲੇ ਆ ਜਿਹੜੇ ਕਿ ਗੈਰਤ ਵਾਲੇ ਆ ਜਿਹੜੇ ਕਿ ਸੋਚਦੇ ਆ ਵੀ ਦਰਦ ਉਹਨਾਂ ਦਾ ਇਹ ਸਾਡਾ ਆਪਣਾ ਸੋ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆ ਗਿਆ ਦਿਓ ਬਹੁਤ ਬਹੁਤ ਮਿਹਰਬਾਨੀ